ਕਮਰਸ ਅੱਛਾ ਕਿੰਨੇ ਨੰਬਰ ਆਏ ਨੇ ਕਦੋਂ ਪਤਾ ਲੱਗਿਆ ਤੁਹਾਨੂੰ ਮੈਡਮ ਨੇ ਦੱਸਿਆ ਸੀ 500 ਆਊਟ ਆਫ 500 ਆਏ ਅੱਛਾ ਕਿੰਨੀ ਕੁ ਖੁਸ਼ੀ ਹੋਈ ਮੈਨੂੰ ਬਹੁਤ ਖੁਸ਼ੀ ਤਾਂ ਹੈਗੀ ਬਹੁਤ ਖੁਸ਼ੀ ਹੈ ਕਿੰਨੀ ਕੁ ਮਿਹਨਤ ਕਰਦੇ ਸੀ ਕਹਿੰਦੇ ਤੁਸੀਂ ਗੇਮਾਂ ਵੀ ਖੇਡਣ ਵਾਸਤੇ ਬਾਹਰ ਵੀ ਜਾਂਦੇ ਹੁੰਦੇ ਸੀ ਹਾਂਜੀ ਕਿੱਥੇ ਮੈਂ ਗਿਆ ਸੀਗਾ ਨੈਸ਼ਨਲ ਖੇਡਿਆ ਮੈਂ ਛੱਤੀਸਗੜ੍ਹ ਆਸਾਮ ਵਗੈਰਾ ਵੀ ਗਿਆ ਸੀ ਅੱਛਾ ਹਾਂਜੀ ਮੇਰੇ ਕੋਚ ਸਾਹਿਬ ਸੀਗੇ ਸਰਦਾਰ ਅਮਰਜੀਤ ਸਿੰਘ ਭੱਟੀ ਉਹਨਾਂ ਨੇ ਸਿਖਾਇਆ ਅਤੇ ਉਹਨਾਂ ਕਰਕੇ ਉੱਥੇ ਤੱਕ ਗਿਆ ਅਤੇ ਉਹਦੇ ਐਕਸਟਰਾ ਨੰਬਰ ਵੀ ਲੱਗੇ ਆ ਅਤੇ ਬਾਕੀ ਮੈਡਮਾਂ ਦੀ ਮਿਹਨਤ ਗੱਤਕਾ ਖੇਡਦਾ ਸੀ ਜਿਸ ਤਰ੍ਹਾਂ ਤੁਹਾਡਾ ਸਬਜੈਕਟ ਜਿਹੜਾ ਕਮਰਸ ਆ ਕਾਫੀ ਟਫ ਸਬਜੈਕਟ ਸੀਗਾ ਨਾਲ ਗੇਮ ਕਿੰਨੀ ਕੁ ਮਿਹਨਤ ਕਰਦੇ ਸੀ ਕਿੰਨੇ ਘੰਟੇ ਜਿਹੜੀ ਪੜ੍ਹਾਈ ਕਰਦੇ ਸੀਗੇ ਪੜ੍ਹਾਈ ਕਰਦਾ ਸੀਗਾ ਪਰ ਠੀਕ ਠਾਕ ਇਹ ਕਰਦਾ ਸੀ ਪਰ ਮਨ ਲਾ ਕੇ ਸਮਝ ਕੇ ਕਰਦਾ ਸੀਗਾ ਟਿਊਸ਼ਨ ਵਗੈਰਾ ਵੀ ਰੱਖੀ ਸੀ ਟਿਊਸ਼ਨ ਰੱਖੀ ਮੈਡਮ ਹੀ ਬਹੁਤ ਆ ਪਹਿਲਾਂ ਦੱਸਿਆ ਸੀ ਵੀ ਇੰਨੀ ਮਿਹਨਤ ਕੀਤੀ ਜਾਈ ਜੇ ਨੰਬਰ ਆਉਣੇ ਜਾਂ ਉਮੀਦ ਸੀਗੀ ਕੋਈ ਇਹਨਾਂ ਨੂੰ ਤਾਂ ਘੱਟ ਹੀ ਸੀਗੀ ਕਹਿੰਦੇ ਮੈਰਿਟ ਤੱਕ ਹੀ ਆਊਗੇ ਪਰ ਫਸਟ ਆ ਗਈ ਅੱਛਾ ਤੁਹਾਨੂੰ ਉਮੀਦ ਸੀਗੀ ਹਾਂਜੀ ਮਿਹਨਤ ਕਿੰਨੀ ਕਰਦੇ ਸੀ ਪੜ੍ਹਾਈ ਦੇ ਕਿੰਨੀ ਕੀਤਾ ਜਾਂਦੇ ਦੋ ਤਿੰਨ ਘੰਟੇ ਤਾਂ ਲਾਉਂਦਾ ਖੇਡਾਂ 'ਚ ਕਹਿੰਦੇ ਜ਼ਿਆਦਾ ਧਿਆਨ ਹਾਂਜੀ ਪੜ੍ਹਾਈ 'ਚ ਪੜ੍ਹਾਈ 'ਚੋਂ ਹੀ ਸੀਗਾ ਨਾਲ ਨਾਲ ਖੇਡੀ ਐਂਡ ਟਾਈਮ ਤਾਂ ਜ਼ਿਆਦਾ ਹੁਣ ਅੱਗੇ ਦਾ ਕੀ ਪਲਾਨ ਹੈ ਅੱਗੇ ਪੜ੍ਹਾਂਗੇ ਹੋਰ ਕੀ ਕਰਨਾ ਬਣਨਾ ਕੀ ਚਾਹੁੰਦੇ ਹੋ LLB ਕਰਨੀ ਅੱਗੇ LLB ਕਰਨੀ ਹਾਂਜੀ ਫੀਲ ਬਣਨਾ ਚਾਹੁੰਦੇ ਹੋ ਅੱਛਾ ਹੋਰਾਂ ਬੱਚਿਆਂ ਨੂੰ ਕੀ ਮੈਸੇਜ ਆ ਕੀ ਸੁਨੇਹਾ ਜਿਹੜਾ ਦੇਣਾ ਚਾਹੁੰਦੇ ਹੋ ਮੈਸੇਜ ਇਹੀ ਆ ਬਸ ਪੜ੍ਹੋ ਧਿਆਨ ਲਾ ਕੇ ਪੜ੍ਹੋ ਵਧੀਆ ਅਤੇ ਗੇਮਾਂ ਵੱਲ ਵੀ ਧਿਆਨ ਦਿਓ ਉਹਦੇ ਨਾਲ ਐਕਸਟਰਾ ਨੰਬਰ ਵੀ ਲੱਗੇ ਆ ਮੇਰਾ ਨਾਮ ਨੀਰੂ ਕੋੜਾ ਹੈ ਮੈਂ BCM ਸੀਨੀਅਰ ਸੈਕੰਡਰੀ ਸਕੂਲ ਫੋਕਲ ਪੁਆਇੰਟ ਦੀ ਪ੍ਰਿੰਸੀਪਲ ਹਾਂ ਸਾਡੇ ਸਕੂਲ ਦੇ ਬੱਚੇ ਏਕਮਪ੍ਰੀਤ ਨੇ ਪਲੱਸ ਟੂ ਕਮਰਸ 'ਚੋਂ ਟੋਪ ਕੀਤਾ ਹੈ ਸਟੇਟ ਟੋਪਰ ਹੈ ਉਹ ਗੱਤਕੇ ਦਾ ਪਲੇਅਰ ਹੈ ਨੈਸ਼ਨਲ ਪਲੇਅਰ ਹੈ ਔਰ ਸਕੂਲ ਤੋਂ ਬਾਹਰ ਆਊਟ ਆਫ ਸਟੇਟ ਵੀ ਖੇਡਣ ਲਈ ਜਾਂਦਾ ਹੈ ਔਰ ਬੜੇ ਦਿਨ ਉਸਦੇ ਮਿਸ ਹੁੰਦੇ ਹਨ ਸਕੂਲ 'ਚੋਂ ਲੇਕਿਨ ਟੀਚਰਸ ਇਹ 'ਤੇ ਬਹੁਤ ਮਿਹਨਤ ਕਰ ਇਹਤੇ ਉੱਪਰ ਬਹੁਤ ਜ਼ੋਰ ਲਗਾਉਂਦੇ ਸੀ ਔਰ ਬੱਚਾ ਵੀ ਪੂਰੀ ਮਿਹਨਤ ਕਰਦਾ ਸੀ ਇਸ ਨੂੰ ਪਤਾ ਸੀ ਕਿ ਮੈਂ ਪਲੇਅਰ ਹੋਣ ਦੇ ਨਾਲ ਨਾਲ ਸਟੱਡੀ 'ਤੇ ਫੋਕਸ ਕਰਾਂ ਇਸਨੇ 500 ਦੇ ਵਿੱਚੋਂ 500 ਪ੍ਰਾਪਤ ਕੀਤੇ ਹਨ 100% ਇਸ ਦੇ ਮਾਰਕਸ ਸਾਡੇ ਸਕੂਲ 'ਚ ਐਕਸਟਰਾ ਕਲਾਸਿਸ ਲੱਗਦੀਆਂ ਸਵੇਰੇ ਸ਼ਾਮ ਗਰੁੱਪ ਲੱਗਦਾ ਇਹ ਬੱਚਾ ਪਹਿਲਾਂ ਥੋੜ੍ਹਾ ਜਿਹਾ ਹਲੇ ਇਗਨੋਰ ਕਰਦਾ ਸੀ ਸਟੱਡੀ ਲੇਕਿਨ ਜਦੋਂ ਇਹ ਨੈਸ਼ਨਲ ਖੇਲ ਕੇ ਆਇਆ ਇਹਨੂੰ ਪਤਾ ਲੱਗ ਗਿਆ ਕਿ ਮੈਂ ਹੁਣ ਟੋਪਰ ਰਹਿਣਾ ਅਤੇ ਮਿਹਨਤ ਕਰਨ ਲੱਗ ਗਿਆ ਸਰ ਟੀਚਰਸ ਵੀ ਇਹ ਸਪੈਸ਼ਲ ਐਫਰਟਸ ਕਰਦੇ ਸੀ ਦੇਖੋ ਟੀਚਰਸ ਦਾ ਕਹਿਣਾ ਮੰਨੇ ਜੇ ਟੀਚਰਸ ਨੂੰ ਓਬੇ ਕਰੇ ਕੋਈ ਟਿਊਸ਼ਨ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਉਹ ਪੁਜੀਸ਼ਨ ਪ੍ਰਾਪਤ ਕਰੂਗਾ ਕੋਈ ਇਹ ਨਹੀਂ ਵੀ ਜੇ ਆਪਾਂ ਕਹੀਏ ਟਿਊਸ਼ਨ ਵਾਲੇ ਕੋਲ ਕੀ ਇੰਜੈਕਸ਼ਨ ਹੈ ਨਹੀਂ ਹੋਮਵਰਕ ਡੇਲੀ ਕਰੋ ਅਤੇ ਟੀਚਰ ਦਾ ਕਹਿਣਾ ਮੰਨੋ ਟੈਸਟ ਦੀ ਤਿਆਰੀ ਕਰੋ ਅਤੇ ਬਹੁਤ ਅੱਛਾ ਮਾਹੌਲ ਹੈ ਬੱਚੇ ਆ ਰਹੇ ਹੁਣ ਅਸੀਂ ਸੈਲੀਬ੍ਰੇਟ ਕਰਾਂਗੇ ਢੋਲ ਵਾਲਾ ਅਸੀਂ ਬੁਲਾਇਆ ਉਹ ਆ ਗਿਆ ਹਾਂਜੀ ਉਹ ਦੇਖੋ ਆ ਗਏ ਹਾਂਜੀ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਬੱਚਿਆਂ ਨੂੰ ਬਹੁਤ ਖੁਸ਼ੀ ਹੈ ਬੱਚੇ ਆ ਰਹੇ ਹੈ ਸਾਡੇ ਸਕੂਲ ਦੇ